ਫਰੀਦਕੋਟ ਦੇ ਵਿੱਚ ਰੈੱਡ ਕ੍ਰਾਸ ਦੇ ਵਿੱਚ ਚੱਲ ਰਹੇ ਸਪੈਸ਼ਲ ਸਕੂਲ ਦੇ ਵਿੱਚ ਪੜ੍ਹਨ ਵਾਲੇ ਬੱਚਿਆਂ ਨੂੰ ਅੱਜ ਕੱਲ੍ਹ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਇੱਥੇ ਪੜ੍ਹਨ ਵਾਲੇ ਨੇਤਰਹੀਣ ਬੱਚਿਆਂ ਦੀ ਮੰਨੀਏ ਤਾਂ ਇੱਥੇ ਸਫਾਈ ਵਿਵਸਥਾ ਠੀਕ ਨਹੀਂ ਹੈ ਅਤੇ ਉਹਨਾਂ ਨੂੰ ਕਈ ਵਾਰ ਵਾਟਰ ਕੂਲਰਾਂ ਤੋਂ ਕਰੰਟ ਵੀ ਲੱਗ ਚੁੱਕਿਆ। ਇੱਥੇ ਨੇਤਰਹੀਣ ਬੱਚਿਆਂ ਦੇ ਲਈ ਕੋਈ ਵੀ ਟੀਚਰ ਮੌਜੂਦ ਨਹੀਂ ਹੈ ਅਤੇ ਹੁਣ ਹਾਲ ਦੀ ਘੜੀ ਦੇ ਵਿੱਚ ਇੱਕ ਮਿਊਜ਼ਿਕ ਟੀਚਰ ਹੀ ਹੈ ਜੋ ਸਾਰੇ ਬੱਚਿਆਂ ਨੂੰ ਪੜ੍ਹਾ ਰਿਹਾ। ਸਾਡਾ ਬੱਚਾ ਨੇਤਰਹੀਣ ਆ ਜਿਹੜਾ ਕਿ ਫਰੀਦਕੋਟ ਜਾਲਾ 'ਚ ਪੜ੍ਹਨ ਆਉਂਦਾ। ਅਸੀਂ ਡੀ ਸੀ ਸਾਹਿਬ ਨੂੰ ਗੁਜ਼ਾਰਿਸ਼ ਕਰ ਚੁੱਕੇ ਹਾਂ ਵੀ ਸਾਡੇ ਬੱਚੇ 'ਚ ਪ੍ਰਬੰਧ ਇੰਨੀ ਟੀਚਰ ਦਾ ਇਹਨੂੰ ਕੀਤਾ ਜਾਵੇ। ਉਹ ਸਾਡੀ ਸੁਣ ਨਹੀਂ ਰਿਹਾ। ਗੋਇਲ ਸਾਹਿਬ ਕਹਿ ਰਿਹਾ ਜਿੰਨਾ ਮਰਜ਼ੀ ਜ਼ੋਰ ਲਾ ਲਓ ਇੱਥੇ ਨਹੀਂ ਕੁਛ ਹੋ ਸਕਦਾ। ਟੀਚਰਾਂ ਦਾ ਕੋਈ ਹੈ ਹੀ ਨਹੀਂ ਟੀਚਰ ਜੀ। ਸਫਾਈ ਸਫੂਈ ਵੀ ਇੰਨੀ ਫਰੈਜਿਟ ਕਰੰਟ ਮਾਰ ਰਹੀ ਹੈ। ਬਾਕੀ ਵੇਖ ਲਓ ਬੱਚੇ ਆਉਂਦੇ ਆ ਬਹਿ ਕੇ ਮੁੜ ਜਾਂਦੇ ਵਾਪਸ। ਕੋਈ ਬੱਚਿਆਂ ਦਾ ਪ੍ਰਬੰਧ ਹੈ ਨਹੀਂ ਗਾ ਜੀ ਇੱਥੇ। ਜੀ ਡੀ ਸੀ ਸਾਹਿਬ ਨੂੰ ਮਿਲਿਆ ਅਜੇ ਤੱਕ ਕੋਈ ਕੁਛ? ਡੀ ਸੀ ਸਾਹਿਬ ਨੂੰ ਬਰਾੜ ਸਾਹਿਬ ਤੋਂ ਫੋਨ ਕਰਾਇਆ 2-4 ਵਾਰੀ। ਡੀ ਸੀ ਸਾਹਿਬ ਕਹਿੰਦੇ ਕੋਈ ਨਹੀਂ ਸੋਚਾਂਗੇ। ਹੁਣ ਛੁੱਟੀਆਂ ਤੋਂ ਪਹਿਲਾਂ 15-20 ਦਿਨ ਉਹਦੇ ਹੀ ਕਰਾਇਆ ਸੀਗਾ। ਉਹ ਕਹਿੰਦੇ ਛੁੱਟੀਆਂ ਬਾਅਦ ਸੋਚਾਂਗੇ ਫਿਰ ਕੋਈ ਗੱਲਬਾਤ ਬੋਲੀ। ਤੇ ਜਿਹੜੇ ਨੇਤਰਹੀਣ ਬੱਚੇ ਆ ਉਹ ਘੱਟੋ ਘੱਟ 16 ਬੱਚੇ ਆ ਜੀ। ਮੇਰੇ ਜਿਹੜੇ ਪਾਣੀ ਵਾਲੀ ਫਰਿੱਜ ਆ ਉਹਦੇ ਨਾਲ 2 ਵਾਰੀ ਛਾਂਟ ਵੱਜ ਚੁੱਕੀ ਹੈ ਤੇ ਉਹਦੇ 'ਚ ਪਾਣੀ ਜਲ ਵਾਲਾ ਹੈ ਤੇ ਜਿਹੜੇ ਦੂਜੇ ਬੱਚੇ ਨਹੀਂ ਆ ਰਹੇ ਉਹਨਾਂ ਦਾ ਕਾਰਨ ਵੀ ਇਹ ਹੈ ਕਿ ਜਿਹੜੇ ਟੀਚਰ ਆ ਉਹ ਘੱਟ ਹੈਗੇ ਆ ਜੀ। ਮੈਨੂੰ ਬੇਨਤੀ ਕਰਦਾ ਹਾਂ ਕਿ ਵੀ ਇੱਥੇ ਜਲਦੀ ਤੋਂ ਜਲਦੀ ਟੀਚਰਾਂ ਦਾ ਪ੍ਰਬੰਧ ਕਰ ਦਿਆ। ਅਤੇ ਮੈਨੂੰ 5-6 ਸਾਲ ਹੋ ਗਏ ਇੱਥੇ ਲੱਗੇ ਨੂੰ। ਪਹਿਲਾਂ ਇੱਥੇ ਟੀਚਰ ਬਹੁਤ ਹੁੰਦੇ ਸੀਗੇ, ਹੁਣ ਇੱਥੇ ਇੱਕ ਟੀਚਰ ਹੈਗੇ ਆ, ਉਹ ਵੀ ਮਿਊਜ਼ਿਕ ਸਿਖਾਉਂਦੇ ਆ। ਰੈੱਡ ਕ੍ਰਾਸ ਸੰਸਥਾ ਫਰੀਦਕੋਟ ਵੱਲੋਂ ਫਰੀਦਕੋਟ ਵਿਖੇ ਜਿਹੜੇ ਤਿੰਨੋਂ ਡਿਸੇਬਿਲਟੀ ਦੇ ਸਪੈਸ਼ਲ ਸਕੂਲ ਚਲਾਇਆ ਜਾ ਰਿਹਾ, ਜਿਹਦੇ ਵਿੱਚ ਸਕੂਲ ਫਾਰ ਦਾ ਬਲਾਈਂਡ ਚਿਲਡਰਨ, ਸਕੂਲ ਫਾਰ ਦਾ ਡੈਫ ਐਂਡ ਡੰਬ ਚਿਲਡਰਨ, ਸਕੂਲ ਫਾਰ ਦਾ MR ਚਿਲਡਰਨ। ਲਗਭਗ ਸਾਡੇ ਕੋਲ ਤਿੰਨੋਂ ਕੈਟਾਗਰੀ ਦੇ ਸਾਡੇ ਕੋਲ 100 ਖਰੇ ਦੇ ਬੱਚੇ ਹੈਗੇ ਨੇ ਸਾਡੇ ਕੋਲ। ਤਿੰਨੋਂ ਸਕੂਲ ਦੇ ਵਾਸਤੇ ਅਸੀਂ ਸਪੈਸ਼ਲ ਟੀਚਰ ਨੇ ਰੱਖੇ ਹੋਏ ਆ। ਸਕੂਲ ਫਾਰ ਦਾ ਬਲਾਈਂਡ ਚਿਲਡਰਨ 'ਚ ਸਾਡੇ ਕੋਲ 4 ਟੀਚਰ ਕੰਮ ਕਰ ਰਹੇ ਆ, ਉਹਦੇ 'ਚੋਂ ਇੱਕ ਟੀਚਰ ਸਾਡਾ ਜਿਹੜਾ ਹੈਗਾ ਹੁਣ ਜਿਹੜੇ ਛੁੱਟੀਆਂ ਜਿਹੜੀ ਕਰਨ ਗਈਆਂ ਉਹਦੇ 'ਚ ਇੱਕ ਰਿਜਾਇਨ ਕਰ ਗਿਆ। ਉਹ ਅਸੀਂ ਬੱਚਾ ਉਹ ਟੀਚਰ ਜਿਹੜਾ ਉਹਦੀ ਪੋਸਟ ਭਰਨ ਵਾਸਤੇ ਕਾਰਵਾਈ ਕਰ ਰਹੇ ਹਾਂ। ਫਰੀਦਕੋਟ ਤੋਂ ਜਗਤਾਰ ਦੋਸਾਂਝ ਦੀ ਰਿਪੋਰਟ, ਪਹਿਰੇਦਾਰ ਟੀਵੀ।